वाहगुरु जी की फतेह। पतत पावन भगत वचन करना निदान, धन धन साहिब श्री गुरु ग्रंथ साहिब जीयां दी पावन हजूरी विच बड़े ही अद्भुत सत्कार सहित जुड़ बैठी सरबत साध संगत जी, सुभागा समा प्राप्त होया है। संग्राम का महान दिन है। गुरु साहिब जी की अपार कृपा हुई, कतक दे महीने की शुरुआत अज के पावन दिन तो हो रही है। पिछला महीना गुरु साहब की कृपा सदका सुखमई बतीत होया, जिथे महीने की शुरुआत हुई उथे नेता प्रति आप की लड़ीवार कथा सरवण करते कल के दीवाना में सरवण किया आप जिया ने जरा संघ जो अपने अंतम समय भीम दे लड़दा है। कृष्ण जी ने किवें धोखा करके जरासंध नूं मार मुकाया, यह सब कुछ आप दीयां विस्तार सहित सुने हैं। गुरु तेग बहादुर पातशाह जी अपने परिवार ते संगतां नूं यह चोज सुना रहे हैं। इस इलाके मुड़ तो ही पटने की धरती बड़ी अमीर विरासत वाली रही है। राजे महाराजे जो दे सूरवीरां नूं इस धरती ने जन्म दिता है। हुण गुरु तेग बहादुर पातशाह जी इसे नगर के विराजमान ने, आओ सतगुरां के पावन जीवन की कथा नूं अगे लैके चलीए। कुछ समय मन चित बिरतियां नूं एकाग्र चित बनाओ। कोई भी रसना बाधी ना रहे, गज वज के लवाओ हाजरी। जपो जी सतनाम श्री वाहेगुरु साहिब जी, सतनाम श्री वाहेगुरु साहिब जी। दोहरा कितक दिवस बस कर गुरु, पटने नगर मजार सुख पायो शर्म पर हरियो, सिखियन करन उदार। दीन दुनिया दे वाली गुरु तेग बहादुर पातशाह जी काफी दिनों तो सतगुर जी पटने की पावन धरती से आए हुए। सालसराय जौरी की हवेली में सतगुरां ने टिकाणा भी कर लिया। हुण हर रोज सतगुरां के दरबार में संगतां आउंदियां ने। सच्चे पातशाह जी उन्हां नूं इस धरती की महानता दसदी। कवि भाई संतोख सिंह आख रहे ने, कहिंदे बड़ा समा बतीत हो गया, सतगुरां ने आराम भी फरमाया, क्योंकि इन्ना वड्डा सफर करके शरीर नूं थकावट होना एक संभव बात है। दीन दुनिया के मालिक गुरु तेग बहादुर पातशाह जी हुण इस धरती तो भी अगे जाना चाहते ने। अब है कथा एक भूप की, उचित कहन के जाना, जिसको वर्णन कर दूं सुनो संत दे कान। सतगुरां दे दरबार विच अज फेर संगतां बैठियां। मर्द कहिंदे भाई एक कथा तुहानू असीं होर सुनाउण लगे हां। ਉਹ ਕਥਾ ਏ ਇੱਕ ਅਜੋਕੇ ਸਮੇਂ ਦੇ ਬਾਦਸ਼ਾਹ ਦੀ। ਜੋ ਕਥਾ ਆਪ ਜੀ ਨੇ ਜਰਾ ਸੰਧ ਦੀ ਸੁਣੀ ਹੈ ਇਹ ਤੇ ਦੁਆਪਰ ਯੁੱਗ ਦੀ ਸੀ, ਤੇ ਹੁਣ ਜਿਸ ਕਥਾ ਦਾ ਆਗਾਜ਼ ਗੁਰੂ ਤੇਗ ਬਹਾਦਰ ਪਾਤਸ਼ਾਹ ਸੰਗਤ ਵਿੱਚ ਕਰਨ ਲੱਗੇ ਨੇ ਉਹ ਕਥਾ ਕਲਯੁੱਗ ਦੇ ਅਜੋਕੇ ਬੀਤ ਰਹੇ ਸਮੇਂ ਵਿੱਚ ਹੋਈ ਸੀ। ਮਰਜ ਕਹਿੰਦੇ ਇੱਕ ਭੂਪ ਰਾਜਾ ਬੜਾ ਮਹਾਨ ਸੀ, ਬੜਾ ਤਪਸਵੀ ਹੋਇਆ ਏ। देश कमरू गुरगमन किनस जिसके संग, कहूं शोर ते सो कथा
ਜਿਮ ਹਮ ਸੁਣਿਓ ਪ੍ਰਸੰਗ। ਹੁਣ ਸਤਿਗੁਰ ਦੀ ਇਹ ਕਥਾ ਸੁਣਾ ਰਹੇ ਨੇ ਕਵੀ ਭਾਈ ਸੰਤੋਖ ਸਿੰਘ, ਇਸ ਕਥਾ ਨੂੰ ਕਲਮ ਬੰਦ ਕਰ ਰਹੇ ਹਨ, ਲਿਖ ਰਹੇ ਹਨ। ਇਹ ਕਥਾ ਇਹ ਕਾਮਰੂ ਦੇਸ਼ ਦੀ। ਕਾਮਰੂ ਇੱਕ ਐਸਾ ਦੇਸ਼ ਹੈ ਜਿਹਨੂੰ ਬੰਗਾਲ ਕਿਹਾ ਜਾਂਦਾ ਹੈ। ਇਹ ਉਹ ਐਸਾ ਇਲਾਕਾ ਹੈ ਜਿੱਥੇ ਦੇ ਲੋਕ ਜਾਦੂਗਰ ਲੋਕ ਨੇ। ਭਾਈ ਮਰਦਾਨਾ ਜੀ ਸਤਿਗੁਰਾਂ ਦੇ ਨਾਲ ਗਏ ਸੀ ਕਾਮਰੂ ਦੇਸ਼ ਦੇ ਵਿੱਚ। ਇੱਥੋਂ ਦੀਆਂ ਔਰਤਾਂ ਨੇ ਭੇਡੂ ਬਣਾ ਲਿਆ ਸੀ। ਇਹ ਉਹੀ ਦੇਸ਼ ਹੈ। ਅੱਜ ਵੀ ਜੇ ਤੁਸੀਂ ਦੱਖਣ ਦੇ ਇਲਾਕੇ ਵਿੱਚ ਜਾਓ ਤੇ ਤੁਹਾਨੂੰ ਇਸ ਇਲਾਕੇ ਦੇ ਵਿੱਚ ਬੜੇ ਇਲਾਕੇ ਐਸੇ ਮਿਲ ਜਾਣਗੇ ਜਿੱਥੇ ਲੋਕ ਤੰਤਰ ਮੰਤਰ ਜੰਤਰੇ ਸਿੱਧੀ ਸਾਧਨਾ ਕਰਦੇ। ਦੂਜੀ ਤੀਜੀ ਗੱਲ, ਉਹਨਾਂ ਕੋਲ ਪਰਮਾਤਮਾ ਦੇ ਨਾਂ ਦੀ ਕੋਈ ਨਹੀਂ, ਜਾਦੂਗਰ ਲੋਕ। ਅੱਜ ਵੀ ਬੰਗਾਲ ਦੇ ਮੰਨੇ ਪ੍ਰਮੰਨੇ ਨੇ ਥਾਂ ਥਾਂ ਦੇ ਮਜੀਸ਼ੀਅਨ ਆਉਂਦੇ ਨੇ, ਲੋਕੀ ਪੁੱਛਦੇ ਕਿੱਥੋਂ ਆਏ, ਉਹ ਬੰਗਾਲ ਤੋਂ ਆਏ ਆ। ਉਹਨਾਂ ਦਾ ਕਾਲਾ ਇਲਮ ਕਾਲਾ ਜਾਦੂ ਵੇਖ ਕੇ ਦੁਨੀਆ ਹੈਰਾਨ ਹੋ ਜਾਂਦੀ, ਕਿਵੇਂ ਅੱਖਾਂ 'ਚ ਝੂਠ ਪਾਉਂਦੇ। ਸਤਿਗੁਰ ਕਹਿੰਦੇ ਕਿ ਬਾਦਸ਼ਾਹ ਸੀ ਕਾਮ ਰੂਪ ਦੇਸ਼ ਦਾ। ਦੇਸ਼ ਦਾ ਨਾਮ ਕਾਮ ਰੂਪ ਕਿਉਂ ਪਿਆ? ਇਹਨਾਂ ਦੀਆਂ ਔਰਤਾਂ ਬੜੀਆਂ ਹਸੀਨ ਖੂਬਸੂਰਤ ਸਨ ਤੇ ਇਹਨਾਂ ਔਰਤਾਂ ਨੂੰ ਰਾਜੇ ਮਹਾਰਾਜੇ ਚੁਣ ਕੇ ਲੈ ਜਾਂਦੇ ਸੀ। ਇਸ ਕਰਕੇ ਇੱਥੋਂ ਦੇ ਲੋਕਾਂ ਨੇ ਜਾਦੂ ਸਿੱਖ ਲਏ ਘਰ ਦੀ ਇੱਜ਼ਤ ਬਚਾਉਣ ਵਾਸਤੇ। ਹੁਣ ਦੇਸ਼ ਦਾ ਨਾਮ ਪੈ ਗਿਆ ਕਾਮਰੂਪ ਦੇਸ਼। ਇਹ ਸਾਰਾ ਦੱਖਣ ਦਾ ਇਲਾਕਾ, ਪੂਰਬ ਦਾ ਇਲਾਕਾ, ਇਹ ਸਭ ਕਿੱਦਾਂ ਦਾ ਹੀ ਸੀ? ਸੇਮ ਹੀ ਸੀ, ਕੋਈ ਫਰਕ ਨਹੀਂ ਸੀ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਕਾਮਰੂਪ ਦੇਸ਼ ਦੀ ਗੱਲ ਤੁਹਾਨੂੰ ਸੁਣਾਉਣ ਲੱਗੇ ਹਾਂ। ਜੋ ਪਈ ਦਿੱਲੀ ਮੈਂ ਅਕਬਰ ਤੁਰਕੇਸ਼ ਕਰਤ ਰਾਜ ਦੇ ਦੇਸ਼ ਅਸ਼ੇਸ਼। ਤੁਹਾਡੇ ਮਨ ਚ ਖਿਆਲ ਹੋਣਾ ਵੀ ਸਤਿਗੁਰ ਇਹ ਕਥਾ ਕਿਉਂ ਸੁਣਾ ਰਹੇ? ਧਿਆਨ ਦਿਓ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਪੂਰਬ ਦੀ ਤਰਫ ਇਹਨੂੰ ਅੱਗੇ ਜਾਣਾ, ਜਿੱਥੇ ਜਾਣਾ ਸਤਿਗੁਰ ਜੀ ਉਸ ਇਲਾਕੇ ਦੀ ਕਥਾ ਸੰਗਤ ਨੂੰ ਪਹਿਲਾਂ ਦੱਸਣ ਲੱਗੇ ਨੇ ਵੀ ਸਾਡੇ ਨਾਲ ਬਹੁਤੇ ਜਣੇ ਨਾ ਜਾਇਓ, ਬਹੁਤੇ ਸਿੱਖਾਂ ਨੇ ਨਹੀਂ ਜਾਣਾ, ਸੱਚਮੁੱਚ ਵੱਢਣੇ ਦੀ ਧਰਤੀ ਤੇ ਮਰਗ ਸਭ ਨੂੰ ਛੱਡ ਕੇ ਜਾਣਗੇ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਭਾਈ ਅਕਬਰ ਬਾਦਸ਼ਾਹ ਦਾ ਸਮਾਂ ਸੀ। ਅਕਬਰ ਅਕਬਰ ਬਾਦਸ਼ਾਹ ਹੋਇਆ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਸਮਕਾਲੀ ਬਾਦਸ਼ਾਹ, ਉਹਨਾਂ ਦੇ ਸਮੇਂ ਚ ਹੋਇਆ। ਹੁਣ ਅਕਬਰ ਤਖ਼ਤ ਦਿੱਲੀ ਦੇ ਤੇ ਬੈਠ ਕੇ ਰਾਜ ਭਾਰ ਸ਼ਾਸਨ ਕਰਦਾ ਸੀ, ਪੂਰਾ ਹਿੰਦੁਸਤਾਨ ਉਹਦੇ ਅੰਡਰ ਸੀ, ਅਧੀਨ ਸੀ। ਅੱਜ ਤੇ ਹਿੰਦੁਸਤਾਨ ਛੋਟਾ ਹੈ, ਪਹਿਲਾਂ ਤੇ ਅਫਗਾਨਿਸਤਾਨ ਪਾਕਿਸਤਾਨ ਹਿੰਦੁਸਤਾਨ ਦਾ ਹਿੱਸਾ ਸਨ, ਬੰਗਲਾਦੇਸ਼। ਹੁਣ ਸਮੇਂ ਦਾ ਬਾਦਸ਼ਾਹ ਅਕਬਰ, ਉਹ ਸਿਆਸੀ ਵੀ ਬਹੁਤ ਸੀ, ਧਰਮੀ ਵੀ ਬੜਾ ਸੀ, ਉਹ ਕਦੇ ਜ਼ੁਲਮ ਨਹੀਂ ਸੀ ਕਮਾਉਂਦਾ। ਅਕਬਰ ਦਾ ਤੁਸੀਂ ਜੀਵਨ ਪੜ੍ਹ ਕੇ ਵੇਖੋਗੇ, 9-10 ਬਾਦਸ਼ਾਹ ਹੋਏ ਨੇ ਬਾਬਰ ਤੋਂ ਬਾਅਦ, ਸਭ ਨੇ ਅੱਤ ਚੱਕ ਕੇ ਰੱਖੀ ਹੈ ਔਰੰਗਜ਼ੇਬ ਤੱਕ। ਇੱਕ ਅਕਬਰ ਤੇ ਦੂਜਾ ਬਹਾਦਰ ਸ਼ਾਹ, ਜਿਹੜੇ ਗੁਰੂ ਘਰ ਤੋਂ ਡਰਦੇ ਸੀ, ਗੁਰੂ ਘਰ ਦਾ ਸਤਿਕਾਰ ਕਰਦੇ ਸੀ। ਹੁਣ ਦਿੱਲੀ ਦੇ ਤਖ਼ਤ ਤੇ ਜਦੋਂ ਅਕਬਰ ਬਾਦਸ਼ਾਹ ਬੈਠੇ ਆ, ਉਹਨੂੰ ਚਿੰਤਾ ਇੱਕੋ ਹੀ ਸੀ ਵੀ ਸਾਰੀ ਦੁਨੀਆ ਮੇਰੇ ਵੱਸ ਹੋ ਜੇ, ਮੇਰਾ ਹੁਕਮ ਚੱਲੇ। ਜਾਮ ਵਾਸ ਹੋਏ ਕੋ ਜਾਈ ਤਹ ਬੜ ਸੈਨਾ ਦੇਤ ਪਠਾਈ। ਅਕਬਰ ਨੂੰ ਜਦੋਂ ਪਤਾ ਲੱਗਿਆ ਕਰੇ ਵੀ ਫਲਾਣੇ ਇਲਾਕੇ ਦਾ ਬਾਦਸ਼ਾਹ ਮੇਰੇ ਤੋਂ ਆਕੀ ਹੋ ਗਿਆ। ਆਕੀ ਤੋਂ ਭਾਵ ਮਰਦ ਵੀ ਕਹਿੰਦੇ ਨੇ ਨਾ, ਆਕੀ ਰਹੇ ਨਾ ਕੋਈ, ਇਹ ਸਮਝ ਲੋ ਬਗਾਵਤ ਕਰ ਦਿੱਤੀ, ਤੁਹਾਡੀ ਕਹਿਣੀ ਕਥਨੀ ਤੋਂ ਬਾਹਰ ਹੋ ਗਿਆ। ਇੱਕ ਪਰਿਵਾਰ ਦਾ ਮੈਂਬਰ ਆਕੀ ਹੋ ਜੇ ਬਾਗੀ ਹੋ ਜਾਂਦਾ, ਤੇ ਉਹ ਫਿਰ ਪਰਿਵਾਰ ਨੂੰ ਕੁਝ ਨਹੀਂ ਸਮਝਦਾ, ਕੋਈ ਕੁਛ ਵੀ ਆਕੀ, ਉਹਨੂੰ ਕੋਈ ਫਰਕ ਨਹੀਂ ਪੈਂਦਾ, ਕੋਈ ਮਰੇ ਕੋਈ ਜੰਮੇ ਕੋਈ ਆਵੇ ਕੋਈ ਜਾਏ, ਉਹਨੂੰ ਕੋਈ ਮਤਲਬ ਨਹੀਂ। ਇਹਨੂੰ ਕਹਿੰਦੇ ਬਾਗੀ ਹੋਣਾ। ਹੁਣ ਅਕਬਰ ਬਾਦਸ਼ਾਹ ਨੂੰ ਪਸੰਦ ਨਹੀਂ ਸੀ ਕੋਈ ਉਹਦੇ ਰਾਜ ਭਾਗ ਦੇ ਵਿੱਚ ਬਾਗੀ ਹੋਵੇ, ਆਕੀ ਹੋਵੇ। ਇਹ ਤੇ ਕਿਸੇ ਬਾਦਸ਼ਾਹ ਨੂੰ ਪਸੰਦ ਨਹੀਂ ਹੁੰਦਾ ਵੀ ਉਹਦੇ ਹੇਠਾਂ ਦੇ ਰਾਜੇ ਰਾਜ ਕਰਨ ਵਾਲੇ ਉਹਨੂੰ ਅੱਗੇ ਹੋ ਕੇ ਚੱਲਣ, ਉਹਦੀ ਗੱਲ ਨਾ ਮੰਨਣ। ਅਕਬਰ ਬਾਦਸ਼ਾਹ ਪੁੱਛਦਾ, ਭਾਈ ਕੋਈ ਐਸਾ ਰਾਜ ਤੇ ਨਹੀਂ ਜੋ ਮੇਰੇ ਹੁਕਮ ਤੋਂ ਬਾਹਰ ਹੋਵੇ? ਮੰਤਰੀ ਕਹਿੰਦੇ ਨਹੀਂ ਜੀ, ਐਸਾ ਤੇ ਕੋਈ ਨਹੀਂ, ਸਾਰੇ ਹੁਕਮ ਮੰਨਦੇ ਨੇ। ਕਰ ਸੰਗਰਾਮ ਵਿਜੈ ਕੋ ਪਾਈ ਬਸੀ ਕਰੇ ਸਭ ਦੇਸ਼ਨ ਰਾਏ। ਜੇ ਕਿਤੇ ਪਤਾ ਲੱਗਦਾ ਵੀ ਹੈ ਕੋਈ ਰਾਜਾ ਮਹਾਰਾਜਾ ਮੇਰੇ ਸ਼ਾਸਨ ਤੋਂ ਖਿਲਾਫ ਚੱਲਦਾ, ਅੱਜ ਦੇ ਸਮੇਂ ਚ ਕੋਈ ਸਟੇਟ ਗੌਰਮੈਂਟ ਭਾਵੇਂ ਐਂਟੀ ਗਰੁੱਪ ਦੀ ਹੋਵੇ,
भावे वह कोई भी है जो सेंटर के अंडर नहीं चलती मिलकर नहीं चलती सेंटर को पावर है उन्हों खत्म करके राष्ट्रपति राज ला सकता शासन ला देगा तोड़ देगा सरकार हुण अकबर बादशाह को पावर सी जे कोई नहीं मनता हथियार चुक के जंग कर जंग करने तो बाद कैद करके अंदर सुट ल जे कोई जंग तो करते नहीं हथियार सुट भी देते कहता मेरे हुक्म चलना पिछली कथा भी आही रौला सी कहते जो सदा हुक्म मनो वो अंडर चलो ता जो सानू खतरा ना हो जब भी कोई बागी उठेगा बगावत दे सुर चुकेगा समय दिया सरकारा का तख्ता पलट सकता बागी इस करके सरकार कदे नहीं चाहदियां कोई साडे च बगावत करे कोई साडे बराबर का होके बैठे अकबर बादशाह का कहते जनून सी वह किसी को बागी नहीं सी रहन दिंदा जा संधि कर लेंदा सी जा हमला करदा सी आयस अकबर की सिर से है अपनो राज करत सो रहे जिन्ने भी राजे राज करते सी मन मर्जी भावे जिन्नी मर्जी करते हुण पर अकबर तो पुछे बगैर कोई वो फैसला नहीं सी करते भाव के हिंदुस्तान दे विच 52 स्टेटा सन उहना समय 52 दे 52 राजे अकबर दे अधीन चलते सन ਵੱਡਾ ਮਾਲਕ ਸੀ ਅਕਬਰ ਹੁਣ ਅਕਬਰ ਨੂੰ ਕਿਸੇ ਨੇ ਕਿਹਾ ਵੀ ਕਾਮਰੂਪ ਦੇਸ਼ ਦਾ ਰਾਜਾ ਇਸਲਾਮ ਵਾਲਿਆਂ ਨੂੰ ਰਾਹ ਨਹੀਂ ਦਿੰਦਾ ਹੁਣ ਉੱਥੋਂ ਦਾ ਬਾਦਸ਼ਾਹ ਨਾ ਤੇ ਹੰਕਾਰੀ ਸੀ ਨਾ ਉਹ ਘਮੰਡੀ ਸੀ ਪਰ ਉਹ ਕਹਿੰਦਾ ਸੀ ਮੈਂ ਇਸਲਾਮ ਦੇ ਨਾਲ ਨਫ਼ਰਤ ਕਰਦਾ ਧਰਮਾਂ ਦੀ ਆੜ ਵਿੱਚ ਬੜੀ ਨਫ਼ਰਤ ਇਸ ਜ਼ਮਾਨੇ ਵਿੱਚ ਕੋਈ ਨਵਾਂ ਕੰਮ ਤੇ ਹੈ ਨਹੀਂ ਇਹ ਨਫ਼ਰਤ ਕਿੱਥੇ ਕਿੱਥੇ ਕੀ ਨਿਕਲਾਉਂਦੀ ਕਦੇ ਸਿੱਖਾਂ ਦੇ ਕੋਲ ਧਾਮ ਢਾ ਦਿੱਤੇ ਕਦੇ ਬਾਬਰੀ ਮਸਜਿਦ ਤੇ ਹਮਲਾ ਕਦੇ ਮਦਰਾਂ ਤੇ ਹਮਲਾ ਇਹ ਨਫ਼ਰਤ ਹੀ ਹੋਰ ਕੀ ਹੈ ਹੁਣ ਧਰਮ ਦੇ ਨਾਮ ਤੇ ਲੋਕ ਨਫ਼ਰਤ ਕਰਦੇ ਸੀ ਕਹਿੰਦੇ ਇਹ ਬਾਦਸ਼ਾਹ ਅਕਬਰ ਨੂੰ ਕਰਦਾ ਸੀ ਕਹਿੰਦਾ ਸਾਡੇ ਅਸੂਲ ਕਾਇਦੇ ਉਹਦੇ ਨਾਲ ਨਹੀਂ ਮਿਲਦੇ ਕਾਮਰੂਪ ਦੇ ਬਾਦਸ਼ਾਹ ਨੇ ਝੰਡਾ ਆਪਣਾ ਕੱਢਿਆ ਸੀ ਕਹਿੰਦਾ ਅਸੀਂ ਕਦੇ ਵੀ ਦਿੱਲੀ ਦੀ ਸੈਂਟਰ ਗੌਰਮੈਂਟ ਦੇ ਹੇਠਾਂ ਨਹੀਂ ਚੱਲਣਾ ਸਾਡਾ ਰਾਜ ਅਲੱਗ ਹੈ ਨੀਤ ਵਿਸਾਲ नीत और तार मित्र वदाव है शत्र निकार है अकबर बादशाह की जित कोशिश होती है मैं दुश्मना नु मित्र बनाना जिन्हें मित्र होणगे उन्ना लाभ होएगा जिन्हें दुश्मन होणगे उन्नी नुकसान का खतरा है अकबर बादशाह दुश्मना वल भी संधि करके मित्रता का हथ वधाउंदा है हुण वड्डा बादशाह होण करके स्टेटा के राजे महाराजे अकबर की इज्जत करते पर अकबर के दिल में एक दुख सी भी कामरूप देश अज तक मेरे अधीन नहीं होया अज तक यह दुख सी भी मरण तो पहला एक बार कामरूप देश बंगाल का इलाका पूर्व का इलाका दखण का इलाका मेरे हुक्म हेठा होवे देश कामरूप रहो मवासी कह कामख्या जोत प्रकाशी हुण बाबर बड़ा जोर ला के हटिया कामरूप देश नु अपने अंडर करने वास्ते बाबर को ते राज शुरू होया सी मुसलमान दा कहिंदे बाबर भी थक गया फौजां मरवा के वापस आ गया कारण की है कहिंदे उस इलाके दे लोक कामरूप देश दे गुहाटी दा इलाका है जिथे ट्रक वाले वीर जांदे ने कंबे गुहाटी कहिंदे इको इक मंदिर सी गंदगी दा भरिया उस मंदिर का नाम लैंदियां भी शर्म आउंदी पर कवि जी कहते वह मंदिर की पूजा करता सी बादशाह उहदा नां है कमख्या देवी हिंदुस्तान के धर्म के नाम से बड़ा गंद चलता है औरत के अंगा की उत्थे पूजा हुंदी है कोई वस्त्र नहीं पाया जाता ऐसा गंदगी का भरिया मंदिर कहते उस मंदिर के समय का बादशाह मत्था टेकदा सी भावे वह सनातन माता वेखो जी धार्मिक स्थान सारे धर्मां दे चंगे ने भावे वह मस्जिद होवे जां मंदिर होवे पर किसे सीमा च होना चाहीदा धर्म ते गंदगी तो उच्चा चुके लैके आउंदा जे धर्म दे विच ही गंदगी होवे ते की करोगे हुण इत्थों दे लोक पंडित लोकां ने कमख्या देवी दे मंदिर दे विच औरतां दी पूजा करदी पाप किया जाना उत्थे माड़े माड़े कर्म होने जिस घर दे विच गंदगी होवे उत्थे सग ते सफाई कौन रख सकदा कहिंदे गुहाटी दे विच अज भी कमख्या देवी का मंदिर बनिया लोकी हैरान ने हिंदुस्तान की संस्कृति ये है
जिस देश की संस्कृति गंदगी तो शुरू होती हो उस देश के नौजवानों ने की सवा डाउनी है की तरक्की करनी है कद जाके देखिए हालात बड़े मंदिरों में राजे महाराजिया की महिला के परिवार वाला बंदा उन्हें थावान से नहीं जा सकता इन गंदगी दरिया कहते कमख्या देवी की पूजा करता है वो कमख्या देवी का मंदिर की है पार्वती का मंदिर है जिथे निर्वस्त्र होके पूजा की जाती है एक उदा राजा अखा बंद करके अपने उस मंदिर की पूजा करता है कहते लोग जादू टूना बहुत डरते अज भी बहुत डरते कले धर्म की गल नहीं होंगी मजिशियन लोगों का धर्म कोई नहीं जादू करने वाले काला इलम विखाने वाले तंत्र विद्या करने वाले किसी मन के थोड़ा होंगे जिते दा लगे ठीक है हम इतों का बादशाह पंडतां दे जंतरा मंत्रा दे अगे अपना आप चकाउंदा सी महाशक्त जोत जाहर कला याते नह अकबर बस चला अकबर बादशाह दे मन विच किसे ने बहस पाता जी ओ मंदर दे सामने जेड़ा भी हथियार लेके जांदा है वो खत्म हो जांदा है वहम दा कोई इलाज है एहो जा वहम किसे नूं पा दियो भी ओ धरती ते ओ थां ते ओदे घर चलिया गया तेरा कख नहीं रहना बंदा डरदा ही नहीं जांदा कहिंदा मैनूं की लोड़ है अकबर बादशाह बड़िया ने कहा कहिंदे जी सारे मंदिर लोकी धौंदे फिरदे ने एक मंदिर है गंदगी भरी उस मंदिर दे विच काम तों बगैर उत्थे कुछ नहीं ढा दियो अकबर कहिंदा जी मैं बड़ा सुनिया उस मंदिर दा नहीं मैं जिंदगी दे चार दिन कटने मैनूं की लोड़ है हुण इत्थों दा राजा कामरूप देश दा उस मंदिर दी पूजा करदा सी लोकां च इक वहम फैला दित्ता गया कि इस मंदिर दे विच इलाके दे विच कोई हथियार लैके नहीं आ सकदा जिहड़ा आएगा उहदा सर्वनाश होएगा अज भी डरा डरा के पंडित लोगों को लुटी जाते होता भी कुछ नहीं हर थां ते कह दिता जाता जे आ ना कीता ए हो जाएगा आ ना कीता ओ हो जाएगा जो कर्मां विच लिखिया बाणी कहिंदी होना उही है किसे थां ने कुछ नहीं करना अकबर बादशाह नूं ज्योतिषी लोगों ने डरा दिता तू गलती नाल भी भुल के उस मंदिर ते हमला ना करी वह कमख्या देवी का मंदिर है उपदेश के पर जो आवे सो देवी को शरण सिधावे उत्थों दे राजे आकी क्यों ने मुसलमानां दी गल मनदे क्यों ने कहिंदे कमख्या देवी दे मंदिर दी पूजा करन वाले राजे महाराजे हिंद सरकार नूं अपनी दुश्मन जानदे ने उन्होंने पता भी साडा किसी ने बिगाड़ना नहीं इदा का वहम लोगों में फैलिया होया है सच जाने वहम एक वो जी चीज है जे बंदे दे मन विच पै जे वड्डे वड्डे सियाने लोग भी वहम तो कन्नी कतराउण लग जाते कहते छट पर सानू की लोड़ है भाई जी तो दुनिया हाथ नहीं लाती सानू की हट जाते लोग पिछे बस एक ही मंत्र है वहम पा दियो तो मौजा करो कोई नहीं देखता तुम की कर दे हुण इत्थों दा बादशाह मंदिर दी आड़ दे विच चुपचाप बैठा ना ओ समय दे बादशाह नूं मिलणे आउंदा ना कदे निगराना भेजदा ना कोई मुलाकात करदा ना कदे कोई संधि करदा ऐ रब साहिता करहै विसाला हस है दुष्ट की बल तत्काला अकबर बादशाह दे मन दे विच ख्याल सी भी आपां दी फौज लेके जाणा नहीं साडा ते नुकसान हो जू राजे डरदे भी हुंदे ने बहिमी बहुत हुंदे पर अकबर कहिंदा जे मैं कामरूप देश ना जित्तिया ते लोकी मेरे बारे की कहणगे वी इहने करे कख नहीं की कीता इहने पर उहना समयां च अकबर सौंदा नहीं उहनूं चिंता लगी होई मैं कोई राजनीति दा ऐसा ताप पेच खेडा ओ इलाका भी जित लवां मेरे अधीन हो जे ते मेरा नुकसान भी ना हो जे सप भी मर जे ते सोटी भी बन जे अकबर ने तो सोचदा ए अनेक रीत के मंत्र सो जन है दिन ते शत्रन गन को हन है पर अज पुछदा ज्योतिषियां नूं कोल बिठा के कहिंदा ऐसा की उस इलाके विच कोई योद्धा सूरवीर उस रूह नहीं करदा वड्डे वड्डे राजे महाराजे आउंदे बादशाह सानूं दस किहनूं हराईए की ते हमला करिए कहिंदे कामरूप देश ते हमला करन जांदा कोई गुहाटी दे इलाके च कोई नहीं जांदा कारण इको कहते जी उतों के लोग तांत्रिक ने योजा मंत्र पढ़ते ने जोड़ा फौज लेके चढ़ के आता वो लाश उस देश वापस जाती है कहने तो मुराद की है भी गुप्त रूह मार बता ने बंदा कदे भी जिसमानी तौर से जंग नहीं लड़ सकता
वटे वटे राजे महाराजे उन्हां नूं जिंदगी प्यारी हुंदी है उह तां लड़न जांदे नहीं। अकबर जिद्दत तह सर करबे कई बार कर लश्कर चढ़बे। कई बार लोकां दीआं गल्लां ना मनदे होए अकबर ने फौज भेज के वेखी, कहिंदे जिन्नी फौज भेजिआ करे हार की आ जाया करे। हार कितना जदों फौज दा मुखी मर गया ते पिछे किने जंग लड़न, कोई ना कोई कारण हो जाया करे। तांत्रिक बैठे सी मंदिर तो बाहर, राजी नूं दस दिया कर अज तेरे ते फलाने दुश्मन ने आउणा, तू आह बली दे दे तेरा आह हो तू बना। वह इलाका चलता सी बलिया से, सिख होते इन्हां चीजां का कोई असर नहीं होंदा, है सब कुछ है, होंदा की नहीं। बाणी पढ़न वाला कोई होवे, नाम जपण वाला होवे, विखाओ कोई झूठ बोले उते उते असर नहीं होंदा। क्योंकि काम रूप देश के विच अकबर बादशाह जित का झंडा कढ़ना चाहुंदा सी, है हिंदुस्तान का टुकड़ा टुकड़ा टुकड़ा, पर उन दुख भी सी, मैं हिंदुस्तान का मालक हाँ, पर एक थाते ना मैं जा सकता, ना मेरी उत्थे कोई पुछ प्रतीत, ना मेरा सिक्का चलता है। नहीं मिले हो सो आए कदाई, रहे मवासी देश सदाई। आखिरकार डेढ़ साल बतीत हो गया, अकबर बादशाह दुख यही है कि जे मैं उत्थे लड़न नहीं जाता, जितन नहीं जाता, कम से कम उत्थों के राजे नूं भी मेरे नाल आके मिलना चाहिए, मुलाकात करनी चाहिए है। सरकार जद भी चलदिया ने एक दूजे नाल जुड़ के चल दिया, भरोसा लेके चल दिया। अकबर बादशाह कहता मेरी भी जिद है, जब वो बादशाह इथे आएगा जब मेरी फौज उसका मंदिर टाउन उठे जाएगी। मकसद की सी, कामरूप देश साडे अधीन हो जाए, साडे हुक्म विच चले। मान सिंह राजा बलवंड जीती पश्चिम दिशा प्रचंड। एक दिन बैठे बैठे अकबर के मन में ख्याल आया कि राजपूतों के एक राजा, उसका नाम है राजा मान सिंह। बड़ी टूटी बोलनी थी इस बंदे, डरता ही नहीं किसी को, राजस्थान सारा सर कर लिया, सारा जित लिया। हुण अकबर बादशाह नूं फिकर सी वी बंदा बड़ा दलेर है, जिधर जांदा है कोठे महल ढाउंदा जांदा है, फौजां नूं मार मकाउंदा है। इहो जिहा शक्तिशाली बंदा जे अपने कोल रह भी गया ते मरूंगा भी आपां नूं। राजनीतिक लोग स्याणे तेज दिमाग ते चतर बंदे नूं हमेशा पूजे ला के रखदे ने, इहनूं इहो जिही थां ते इलैक्शन लड़ाओ जिते ना करे, ते अपने आप की उलझे देख रहे हो ना। समय दीआं सरकारां इशारा करन दी वी लोड़ है, पता ही है सारे। हुण अकबर बादशाह चाहुंदा सी मान सिंह विच बल बड़ा है, जे इहनूं मैं किसी देश वाल भेजदा ते राजे महाराजे इह तों डरदे ने, कल इह ना होवे सब नूं डरा के इही बादशाह बण जे, खतरा पै गया। इसे करके राजनीतिक लोग सगा प्यो भी बली होवे उहदी भी बली दे दिंदे, बली होवे ते बली चाढ़ दिंदे। मेरे तो अगे ये कदम ना रख ले, मेथों अगे बद ना जाए, इस करके कहा जाता है राजनीति च सगा भरा भी हुए ते भरा ना मनो, बस बच के टाइम कट्टो, आखो सतनाम तुझे सब ने। अकबर बादशाह ने मन च ख्याल किया क्यों ना मान सिंह नूं आपां एक पासे कर दिए, किसी नूं भेज दे, जे मर गया तां भी वधिया, हाथ फुस गया तां भी वधिया, आखो सतनाम। मेरा ते खेड़ा छुटू, मेरा ते डर खत्म हो। अकबर ने राजे मान सिंह नूं सदा भेजिया, अपनी कैबिनेट नाल कैबिनेट नाल मीटिंग कीती आ कि राजा मान सिंह मर गया मैनूं गल कोई नहीं, मेरा रस्ता वेला हो, नाले सप भी मर जू ते सोटी भी बच जू, जे जित गया तां ओह देश मेरे अधीन हो जाएगा। महामलेश करे सर जाए तहां जीत की बंब बजाए। हुण खासियत राजे मान सिंह दी ए सी भी ये जिथे भी चले आ जाए, जिदा मर्जी जुलम होवे जलम होवे, ये बंदा नहीं परवाह करता सी, हिक तान के लड़ता ते सब नूं कैद करके लै आउंदा सी। गुरु तेग बहादुर पातशाह जी कहिंदे असी तारीफ करते हां उस बादशाह दी जिहड़ा बली बहुत सी। अकबर बादशाह दी उहदा लोहा मनदा सी, तुसीं आप दसो सेंटर गौरमेंट जे उस बादशाह दी तारीफ करियो किड्डा महान होएगा। अकबर तो वड्डा होर ते कोई है नहीं, जे अकबर भी किसे नूं वड्डा जानदा सी राजे मान सिंह नूं जानदा सी, क्योंकि उस बंदे च होमे नहीं सी रत्ती पात्र, वो रब नूं मनदा सी।
ਤੇ ਨਾ ਉਹ ਕਿਸੇ ਤੋਂ ਡਰਦਾ ਸੀ ਨਾ ਕਿਸੇ ਨੂੰ ਡਰਾਉਂਦਾ ਸੀ। ਜਿਸ ਰਾਹ ਤੇ ਤੋਰ ਦਿੱਤਾ ਕਦੇ ਖਾਦੀ ਮੁੜ ਕੇ ਨਹੀਂ ਸੀ ਆਉਂਦਾ, ਦੁਸ਼ਮਣ ਦਾ ਸਿਰ ਕਲਮ ਕਰਕੇ ਲੈ ਕੇ ਤੇ ਜਿੱਤ ਦੇ ਝੰਡੇ ਲਾ ਕੇ ਆਉਂਦਾ ਸੀ। ਅਕਬਰ ਬਾਦਸ਼ਾਹ ਦੀ ਨੀਅਤ ਫਿੱਟ ਗਈ, ਸੋਚਿਆ ਕਿਉਂ ਨਾ ਮੈਂ ਮਾਨ ਸਿੰਘ ਨੂੰ ਇਸ ਨੀਤੀ ਵਿੱਚ ਵਰਤ ਲਵਾਂ। ਹਟ ਆਇਓ ਪੁਨ ਆਪਣੇ ਦੇਸ਼, ਸ਼ੰਕਾ ਕਰਤ ਪਇਓ ਤੁਰਕੇਸ਼। ਕਿਉਂਕਿ ਰਾਜਾ ਮਾਨ ਸਿੰਘ ਪੂਰਬ ਅਤੇ ਪੱਛਮ ਦੇ ਦੋ ਇਲਾਕੇ ਸੀ ਜਿਨ੍ਹਾਂ ਨੂੰ ਇਹ ਜਿੱਤ ਨਹੀਂ ਸੀ ਸਕਦੇ। ਔਰੰਗਜ਼ੇਬ ਅੱਗੇ ਵੀ ਇਹੀ ਇਲਾਕੇ ਅੜੇ ਸੀ, ਜਿਸ ਦੱਖਣ ਵਿੱਚ ਜਾ ਕੇ ਉਹਨੇ ਡੇਰਾ ਲਾਇਆ ਨਾ ਔਰੰਗਾਬਾਦ, ਉਸ ਇਲਾਕੇ ਦੇ ਲੋਕ ਮਰਹੱਟੇ ਲੋਕ ਇਹਨਾਂ ਨੂੰ ਪੈਰ ਨਹੀਂ ਸੀ ਪੱਟਣ ਦਿੰਦੇ। ਤੇ ਉੱਥੇ ਵੀ ਜੇ ਕੋਈ ਗਿਆ ਤੇ ਰਾਜੇ ਮਾਨ ਸਿੰਘ ਵਰਗਾ ਗਿਆ ਕਿ ਆਹੂ ਲਾਹੇ ਦੁਸ਼ਮਣ ਦੇ, ਕਿਤੇ ਤਾਂ ਇਹਨਾਂ ਨੂੰ ਪੈਰ ਰੱਖਣ ਦੀ ਥਾਂ ਮਿਲੀ। ਅਕਬਰ ਨੇ ਸੱਦਾ ਦੇਤਾ, ਸੱਦਾ ਵੀ ਇਹੋ ਜਿਹੇ ਤਰੀਕੇ ਦਾ ਰਾਜਨੀਤੀ ਵਾਲਾ ਵੀ ਉਸ ਬੰਦੇ ਨੂੰ ਮੇਰੀ ਖੋਟੀ ਨੀਅਤ ਤੇ ਸ਼ੱਕ ਨਾ ਹੋਵੇ। ਝੂਠ ਸਫਾਰ ਨੂੰ ਉਲਟ ਫੇਰ ਨੂੰ ਹੀ ਰਾਜਨੀਤੀ ਕਿਹਾ ਜਾਂਦਾ। ਕੰਮ ਵੀ ਐਸਾ ਕਰੋ, ਲੋਕਾਂ ਸਾਹਮਣੇ ਗਾਲਾਂ ਕੱਢੀ ਜਾਓ, ਇਕੱਠੇ ਬਹਿ ਕੇ ਚਾਹਾਂ ਪੀਓ, ਇਹ ਰਾਜਨੀਤੀ ਕਿਹਾ ਜਾਂਦਾ। ਉਸ ਸਮੇਂ ਦਾ ਇਹੀ ਹਾਲ ਸੀ। ਰਾਜੇ ਮਾਨ ਸਿੰਘ ਨੂੰ ਸੱਦਾ ਮਿਲਿਆ, ਬੜਾ ਖੁਸ਼ ਹੋਇਆ ਕਿ ਮੈਨੂੰ ਤੇ ਬਾਦਸ਼ਾਹ ਯਾਦ ਕਰਦਾ ਹੈ, ਬੰਦੇ ਨੂੰ ਮਾੜਾ ਮੋਟਾ ਤੇ ਪ੍ਰਾਊਡ ਆਈ ਜਾਂਦਾ। ਰਾਜਾ ਮਾਨ ਸਿੰਘ ਖੁਸ਼ ਬੜਾ ਹੋਇਆ, ਕਹਿੰਦਾ ਮੈਨੂੰ ਅਕਬਰ ਨੇ ਯਾਦ ਕੀਤਾ ਏ। ਇਹ ਰਾਜਪੂਤ ਪ੍ਰਤਾਪੀ ਪਹਾੜੀ, ਜੇ ਕਬ ਵਿਗੜੇ ਹੈ ਸੰਗ ਹਮਾਰੇ। ਫਿਰ ਜਦੋਂ ਸੱਦਾ ਦੇਤਾ, ਕੈਬਨਿਟ ਵਾਲੇ ਪੁੱਛਦੇ ਬਾਦਸ਼ਾਹ ਦੀ ਤੁਸੀਂ ਉਸ ਰਾਜਪੂਤ ਰਾਜੇ ਨਾਲ ਇੰਨਾ ਪ੍ਰੇਮ ਕਿਉਂ ਰੱਖਦੇ? ਅਕਬਰ ਕਹਿੰਦਾ ਬਾਈ, ਰਾਜਪੂਤ ਦੀ ਮਿੱਤਰਤਾ ਤੇ ਘਟੀਆ ਏ, ਇਹ ਵੈਰ ਪਾ ਲੈਣ ਤੇ ਬੰਦਾ ਨਹੀਂ ਛੱਡਦੇ, ਪੱਕੇ ਹੁੰਦੇ ਸਿਰੜੀ, ਇਸ ਕਰਕੇ ਮਿੱਤਰਤਾ ਇਹਨਾਂ ਨਾਲ ਪਾਉਣੀ ਵੀ ਗੁਨਾਹ ਏ ਤੇ ਦੁਸ਼ਮਣੀ ਰੱਖਣੀ ਵੀ। ਜੇ ਹੁਣ ਰਾਜਾ ਮਾਨ ਸਿੰਘ ਸਾਡੇ ਦੇਸ਼ ਵਿੱਚ ਬੈਠਾ ਹੈ, ਅਸੀਂ ਉਹਨੂੰ ਪ੍ਰੇਮ ਪਿਆਰ ਕਰਦੇ ਰਹੇ, ਅੰਦਰ ਖਾਤੇ ਉਹਨੇ ਕਈ ਰਾਜਿਆਂ ਨਾਲ ਸੰਧੀ ਕਰ ਲਈ, ਕਿਉਂਕਿ ਇਹ ਲੋਕ ਇਮਾਨਦਾਰ ਨਹੀਂ ਹੁੰਦੇ, ਧੋਖੇਬਾਜ ਹੁੰਦੇ। ਨੀਅਤ ਵਿੱਚ ਫਰਕ ਪੈ ਗਿਆ, ਕੱਲ ਨੂੰ ਮੇਰਾ ਤਖਤਾ ਪਲਟ ਦਿੱਤਾ ਤੇ ਮੈਂ ਕਿੱਥੇ ਜਾਊਂ? ਕਹਿੰਦੇ ਮੈਂ ਚਾਹੁੰਦਾ ਕਿ ਰਾਜੇ ਮਾਨ ਸਿੰਘ ਨੂੰ ਭੇਜੀਏ ਕਾਮ ਇਸ ਦੇਸ਼ ਵਿੱਚ, ਉਹ ਲੜੇ, ਲੜਕੇ ਜਿੱਤ ਕੇ ਆ ਗਿਆ ਤਾਂ ਠੀਕ ਹੈ, ਨਹੀਂ ਜਿੱਤ ਗਿਆ ਉਹ ਮਰ ਗਿਆ ਤੇ ਸਾਨੂੰ ਕੀ ਗਾਵਾਂ, ਸਾਨੂੰ ਕੀ ਫਰਕ ਹੈ। ਕੈਬਨਿਟ ਦੇ ਜਿੰਨੇ ਮੰਤਰੀ ਸੀ ਸਾਰੇ ਖੁਸ਼ ਹੋ ਗਏ, ਕਹਿੰਦੇ ਬਾਦਸ਼ਾਹ ਦੀ ਗੱਲ ਤੇ ਬੜੀ ਸਿਰੇ ਦੀ ਲਾਈ ਹੈ। ਉਹ ਕਹਿੰਦਾ ਹੋਰ ਹੋ ਵੀ ਕੁਛ ਨਹੀਂ ਸਕਦਾ, ਆਪਾਂ ਲੜਨ ਜਾ ਨਹੀਂ ਸਕਦੇ, ਜੇ ਆਪਾਂ ਜਾ ਕੇ ਲੜਾਂਗੇ ਹਾਰ ਕੇ ਆ ਕੇ ਸਾਡੀ ਕੀ ਇੱਜ਼ਤ ਰਹਿ ਜੂ? 52 ਰਾਜਿਆਂ ਦੇ ਸਾਹਮਣੇ ਅਸੀਂ ਹਾਰੇ, ਲੋਕੀ ਕਹਿਣਗੇ ਸਮੇਂ ਦੀ ਸਰਕਾਰ ਹਾਰ ਗਈ ਜੀ, ਸਰਕਾਰ ਕੋਲ ਕੀ ਹੈ? ਕੋਈ ਵੀ ਖਿਲਾਫਤ ਕਰ ਸਕਦਾ ਏ। ਰੋਰਾ ਪਾਤਸ਼ਾਹਤ ਮਹਿ ਪਾਵੈ, ਕੌਣ ਸਮੁਖ ਹੋਏ ਜੰਗ ਮਚਾਵੈ। ਕਹਿੰਦੇ ਕੌਣ ਜਾ ਸਕਦਾ ਕਾਮਰੂਪ ਦੇਸ਼ ਦੇ ਰਾਜੇ ਨੂੰ ਜਿੱਤਣ ਵਾਸਤੇ? ਕੋਈ ਨਹੀਂ, ਇੱਕੋ ਇੱਕ ਬੰਦਾ ਮਾਨ ਸਿੰਘ ਜੋ ਮੇਰੇ ਰਾਜ ਭਾਗ ਵਿੱਚ ਵੀ ਰੋ ਰਿਹਾ ਹੈ, ਬਾਦਸ਼ਾਹਤ ਵਿੱਚ ਵੀ। ਮੈਂ ਇਸ ਰਸਤੇ ਦੇ ਰੋੜੇ ਨੂੰ ਇੱਕ ਪਾਸੇ ਕਰਨਾ ਚਾਹੁੰਦਾ ਤੇ ਬਾਕੀ ਸਾਰੇ ਸਭਾ ਵਾਲੇ ਕਹਿੰਦੇ ਬਾਦਸ਼ਾਹ ਜੀ ਮਾਨ ਸਿੰਘ ਚਲਾਕ ਬਹੁਤ ਹੈ। ਠੀਕ ਹੈ, ਭਗਤੀ ਕਰਨੀ ਗੱਲ ਹੋਰ ਆ ਤੇ ਚਲਾਕੀ ਦੁਨੀਆਂ ਦੀ ਰੱਖਣੀ ਗੱਲ ਹੋਰ ਹੈ। ਉਹ ਚਤਰ ਬਣੇ, ਚਲਾਕ ਬਣੇ, ਉਹ ਕਿਸੇ ਤੇ ਛੇਤੀ ਭਰੋਸਾ ਕਰਦਾ ਨਹੀਂ। ਸੋ ਭਟ ਬਡੇਰੇ ਪੱਛਮ ਦੇਸ਼, ਕਰੇ ਜੋਰ ਤੇ ਜੇਰ ਅਸ਼ੇਸ਼। ਜਦੋਂ ਅਕਬਰ ਬਾਦਸ਼ਾਹ ਨੇ ਫੈਸਲਾ ਲੈ ਲਿਆ, ਕੁਝ ਕੁ ਸ਼ਾਂਤੀ ਉਹਨੂੰ ਆ ਗਈ, ਪਰ ਦੁੱਖ ਇਸ ਗੱਲ ਦਾ ਹੈ ਕਿ ਜੇ ਮਾਨ ਸਿੰਘ ਬਾਦਸ਼ਾਹ ਨਾ ਆਇਆ ਫਿਰ ਉਹ ਚਾਹੁੰਦੇ ਇਹਨੂੰ ਕਿਸੇ ਨਾ ਕਿਸੇ ਤਰੀਕੇ ਦੁਆਰਾ ਮੈਂ ਆਪਣਾ ਇੰਨੀ ਗਰੀਬ ਕਰਨਾ। ਰਾਜਨੀਤਿਕ ਬੰਦਾ ਤੇ ਸੱਪ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ, ਜਿੰਨਾ ਮਰਜ਼ੀ ਦੁੱਧ ਪਿਆ ਲਓ, ਜਿੰਨਾ ਮਰਜ਼ੀ ਘਰ ਲਾ ਲਓ, ਘਰ ਬਾਹਰ ਵੇਚ ਕੇ ਤੁਸੀਂ ਇਲੈਕਸ਼ਨ ਜਿਤਾ ਦਿਓ, ਜਦੋਂ ਲੋੜ ਪੈ ਗਈ ਤੇ ਅੱਖਾਂ ਫੇਰ ਜੂਆ ਸਤਨਾਮ ਕਦੇ ਨਹੀਂ ਖੜਦਾ। ਸੱਪ ਤੇ ਨੇਤਾ ਕਦੇ ਮਿੱਤ ਨਹੀਂ ਕਿਸੇ ਦੇ ਹੁੰਦੇ, ਕਦੇ ਵੀ, ਭਾਵੇਂ ਸਾਡਾ ਭਰਾ ਕਿਉਂ ਨਾ ਹੋਵੇ, ਸਾਡਾ ਪੁੱਤ ਵੀ ਕਿਉਂ ਨਾ ਹੋਵੇ। ਹੁਣ ਅਕਬਰ ਬਾਦਸ਼ਾਹ ਦਾ ਪ੍ਰੇਮ ਦਾ ਨਿਯੋਤਾ ਜਦੋਂ ਮਾਨ ਸਿੰਘ ਨੇ ਪੜਿਆ, ਖੁਸ਼ ਹੋ ਗਿਆ। ਨਾਲ ਦੇ ਸਾਥੀ ਵਜ਼ੀਰ ਕਹਿੰਦੇ, ਬਾਦਸ਼ਾਹ ਅਕਬਰ ਬਾਦਸ਼ਾਹ ਵੀ ਉੱਡਣਾ ਸੱਪ ਹੈ, ਇਹਦਾ ਖੱਤ ਵੀ ਕੋਈ ਸੁੱਕੀ ਸਾਂਦੀ ਨਹੀਂ ਆਇਆ, ਇਹਦੇ ਖੱਤ ਵਿੱਚ ਵੀ ਤੁਹਾਡੀ ਜਾਨ ਜਾ ਸਕਦੀ ਹੈ, ਕੋਈ ਨਾ ਕੋਈ ਮੁਸੀਬਤ ਹੋਏਗੀ। ਯਾ ਤੇ ਇਸ ਹੈ ਮੁਹਿੰਮ ਪਠਾਵੈ, ਜਹਾਂ ਜਾਏ ਕਰ ਫੇਰ ਨਾ ਆਵੇ। ਮਾਨ ਸਿੰਘ ਨੇ ਗੱਲ ਮੰਨੀ ਗੋਈ ਦਾ,
लाई लाभ लोगों की यही करतूत मारी होंगी भी वह किसी भी सुन के मनते नहीं करते मनते नहीं पछताते उदों ने जो वक्त पैजे सरते मान सिंह बादशाह ने किसी की मनी ना बस बादशाह की धौस में आके दिल्ली तुर पिया कि इधर अकबर कहता मैं खूब सारी फौज देके भेज दियांगा क्योंकि फौज से असर नहीं होंदा उत्थे लड़न वाले नहीं उत्थे ते असर उहदे होंदा जिहड़ा मोढ़ी होंदा मंत्र शक्ति मारदी किहनू है जिहड़ा राजा खड़ के आउंदा फौजां ते वापस मुड़े आउंदियां ने लड़ीते जित है कर रण कोर देश कामरू मंत्रन जोर कहते कामरूप देश विच मंत्रा दा जोर है कोई होर बंदा जा नहीं सकदा ते राजा मान सिंह इन्हां चीजां नूं मन्नदा कोई नहीं कोई तू कहता मैं किसे जंतर मंत्र तंत्र को मन्नदा नहीं मेरे सामने आवे उहदी एक कमजोरी जिहड़ी उहदी जान लै बैठी हुण अकबर बादशाह दा सदा सुन के इह भी चलिया होया मैं छेती जाके मिला पर वजीरां नूं फिकर लग्या होया उह कहिंदे बादशाह जिस महिमते तूं चलिया अकबर कोल किन्ने बादशाह ने किसे होर नूं क्यों नहीं भेजदा किसे होर नूं क्यों मूर्ख बंदा यह सोच बैठदा भी वह वड्डा बंदा मैनू याद करदा पर कदे सियाणा बंदा उहदी थां ते सोचदा भी हजारां लोकां च उहने मैनू ही क्यों याद किया समझ गए गल जिहड़ा साडे वर्ग है सानू कोई मंत्री संतरी बुलाए बंदा सोचता है कि शायद मेरे च कोई वड्डा गुण है जिहड़े मैनू याद करते मेरे नाल घुमदे ने नहीं मूर्खा यह सोच हजारां लोकां नूं छड्ड के उह तैनू ही क्यों याद करदा होर नहीं दुनिया है अकबर बादशाह ने कले मान सिंह नूं बुलाया है क्योंकि उन्हूं खतरा ही मान सिंह राजे भी एक ते राजना कुल राजपूतां दी कौम है इन्हां च एका बहुत हुंदा है कि भावे कट्ठे रहन ना रहन पर इन्हां दा दुश्मन कोई सामने आ जाए उदों चाचे ताए सारे कट्ठे हो जांदे आ सो सतनाम ये मेरा इत्थे लड़दे कट्ठे सतगुरां दी फौज विच बड़े राजपूत राजे सन बड़े सिपाही योधे सन सूरबीर सन अकबर बादशाह अपने साथियों नूं कहिंदा मैं लालच दियांगा इहनूं मान सिंह क्योंकि राजपूत राजिआं दी इक कमजोरी है लालची हुंदे ने लालच विच जिहड़ा भी बंदा आया उहदे कोल रहि की गया हुण मान सिंह नूं उत्थे दे ज्योतिषियां ने साधुआं ने भगतां ने बड़ा समझाया तूं बादशाह नूं मिलना चलै है ना बस तह युद्ध करन को मंत्रन संग सो पाई मरन को जदों लोकां ने समझाया मान सिंह ने किसे दी परवाह ना कीती भलती वाला बंदा किसे दा बुरा थोड़ा सोचदा ओह कहिंदे बादशाह जाई ना तेरा सतारा डुबण वाला है कहिंदा मैं नहीं मन्नदा सतारिआं नूं ओह कहिंदे ना मन्न पर तेरे लई अकबर कोल जाणा चंगा नहीं तूं हिंदू बादशाह तूं मुसलमान है इन्हां लोकां च ते धर्म दे नाते जहरां भरियां ने कि मित ते हो नहीं सकदे जे तैनूं बुलाउंदा किसे मकसद लई बुलाउंदा मान सिंह हंकार गया कहिंदा जे मेरे वर्गा योधा कोई है नहीं उहने मैनूं तां ही बुलाया ते मूर्खता कर गया अपने संगियां साथियां नूं छड्ड के दिल्ली नूं रवाना हो गया जे ना मर है लै विजय उपाय देश मवासी हम डिग आए कि फिर अकबर बादशाह ने अज तीजी मीटिंग की थी सलाह मशवरा कहता भाई जेते के जित के आ गया फिर तेनू उत्तों दे राज दे चौधरे रखांगे अपने तख्त दे नेड़े ना फट के जे ए हार गया ए मर गया कोई फर्क नहीं आपां नूं पैंदा सगों पता लग जाएगा इक ते पता लगेगा कामरूप देश विच बुनियाद की है जिस करके राजे महाराजे मरते कहते दूजा साडा दुश्मन रस्ते चो साफ हो जाऊ हुण ए मशवरा किन्हां दा सी चलाक लोकां दा सी अकबर ने जिंदगी च दो काम माड़े कीते सी एक ते चित्तौड़गढ़ दे किले विच रहण वाले राजपूत राजे दी धी ते इहदा दिल आया उदों इस बंदे ने पाप कमाया पर जिस पाप पिछे ने पाप किया वो लड़की भी नसीब ना उन्हें जिंददान अपनी खत्म कर ली कहने मुसलमान के घर नहीं जाना कई साल चित्तौड़गढ़ में घेरा पिया गया एक कथा गुरु अमरदास पातशाह जी ने जीवन में सुनी है तुसी कि दूजी मूर्खता इन्हें आ की वेखो जी राजनीति विच ये कुछ चलता है राजे शरीफ भी बड़े होंगे ने उन्हां दी शराफत पिछे भी अरबा पाप छुपे अरबा पाप पर इन्नी गल जरूरा भी अकबर बादशाह बाकियों नालों कितने चंगा सी उन्हें गुरु नानक के दर नाल मत्था नहीं लाया बड़ा चंगा सी हुण अकबर ने
अपनी सभा च बैठे सारे बंदियां नूं पुछिया कि जे तुहाडे च कोई चाह मन है जान का लड़न दा, सब ने पूरा जवाब दे दिता, अस मसलत करके शलसानी निरपत हकारो बड अभिमानी। कहिंदे इह बादशाह मान सिंह, हुण सिंह शब्द इहनां दे नाल पहलां वी लग्गिया सी, राजपूत राजे सी ना सिंह नाम नाल जाणे जांदे सी, हुण मर्द ने जिथे जाणा उत्थे दा राजा राजा राम सिंह है। ਇਹਦੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਵੇਲੇ ਦੀ ਗੱਲ ਹੈ। ਰਾਜਪੂਤਾਂ ਦੇ ਨਾਲ ਸਿੰਘ ਸ਼ਬਦ ਲੱਗਦਾ ਸੀ, ਮਰਹੱਟਿਆਂ ਨਾਲ ਵੀ ਲੱਗਦਾ ਸੀ, ਕਿਉਂਕਿ ਸਿੰਘ ਦਾ ਅਰਥ ਹੁੰਦਾ ਸ਼ੇਰ, ਬੱਬਰ ਬੱਬਰ ਸ਼ੇਰ ਹੋਣਾ, ਬਲੀ ਹੋਣਾ। ਹੁਣ ਜਦੋਂ ਮਾਨ ਸਿੰਘ ਦਿੱਲੀ ਪਹੁੰਚਿਆ, ਖੁਸ਼ ਬੜਾ ਹੈ, ਬੜੇ ਸਾਥੀਆਂ ਨੇ ਸਮਝਾਇਆ ਕਿ ਬਾਦਸ਼ਾਹ ਲੋਕਾਂ ਦੀਆਂ ਗੱਲਾਂ ਵਿੱਚ ਨਹੀਂ ਆਈਦਾ, ਸੁਣੀ ਜਾਈ, ਸਭ ਦੀ ਸੁਣੋ, ਕਰਨੀ ਮਨ ਦੀ ਚਾਹੀਦੀ ਹੈ। ਦਿੱਲੀ ਮੈਂ ਪ੍ਰਵੇਸ਼ ਜਬ ਹੋਇਓ ਗੋਬਦ ਬ੍ਰਿੰਦ ਕਸਾਈ ਜੋਇਓ। ਦੇਖੋ ਅਕਬਰ ਬਾਦਸ਼ਾਹ ਦੀ ਕਰਤੂਤੋਂ ਨੇ ਕਸਾਈਆਂ ਨੂੰ ਬੁਲਾ ਲਿਆ, ਕਹਿੰਦਾ ਵੀ ਦਿੱਲੀ ਸ਼ਹਿਰ ਤੋਂ ਬਾਹਰ ਬਾਹਰ ਜਮੁਨਾ ਦੇ ਕੰਢੇ ਤੇ ਤੁਸੀਂ ਗਾਵਾਂ ਦਾ ਕਤਲ ਕਰਨਾ ਹੈ, ਗਊ ਹੱਤਿਆ। ਹੁਣ ਹਿੰਦੂ ਧਰਮ ਦੇ ਵਿੱਚ ਗਊ ਹੱਤਿਆ ਨੂੰ ਪਾਪ ਮੰਨਿਆ ਜਾਂਦਾ ਹੈ। ਰਾਜਾ ਹਿੰਦੂ ਸੀ, ਕਹਿੰਦੇ ਜਦੋਂ ਮਾਨ ਸਿੰਘ ਦਿੱਲੀ ਪ੍ਰਵੇਸ਼ ਹੋਇਆ, ਵੇਖਿਆ ਗਊ ਹੱਤਿਆ ਹੋ ਰਹੀ, ਗੁੱਸਾ ਚੜ ਗਿਆ, ਜਿੰਨਾ ਇਹਨੂੰ ਗੁੱਸਾ ਆਏਗਾ ਓਨਾ ਫਾਇਦਾ ਹੋਏਗਾ ਬਾਦਸ਼ਾਹ ਦਾ, ਓਨਾ ਹੀ ਫਾਇਦਾ, ਕਿਉਂਕਿ ਇਹ ਕਸਾਈ ਲੋਕ ਉਹਨੇ ਬੁਲਾਏ ਸੀ ਕਾਮਰੂਪ ਦੇਸ਼ ਤੋਂ, ਵੀ ਜਦੋਂ ਇਹਨਾਂ ਤੇ ਗੁੱਸਾ ਆਏਗਾ ਇਹਨਾਂ ਦੀ ਸਫਾ ਵੱਢਣ ਜਾਏਗਾ, ਵੀ ਜਿੱਥੇ ਕਸਾਈ ਪੈਦਾ ਹੁੰਦੇ ਮੈਂ ਉਹ ਇਲਾਕਾ ਹੀ ਖਤਮ ਕਰ ਦੇਣਾ। ਵੇਖੋ ਰਾਜਨੀਤੀ ਕਿੰਨੀ ਚਲਾਕੀ ਹੈ। ਜਦੋਂ ਕਹਿੰਦੇ ਮਾਨ ਸਿੰਘ ਬਾਦਸ਼ਾਹ ਨੇ ਵੇਖਿਆ ਵੀ ਗਊਆਂ ਨੂੰ ਸ਼ਰਿਆਮ ਕਤਲ ਕੀਤਾ ਜਾ ਰਿਹਾ, ਧਰਤੀ ਖੂਨ ਨਾਲ ਭਰੀ ਹੈ, ਇਹਨੇ ਆਪਣੀ ਤਲਵਾਰ ਖਿੱਚ ਲਈ। ਵੇਖ ਕਰ ਸਹਿ ਨਾ ਸਕਿਓ ਰਿਸ ਧਰਕੇ ਖੜਗਣ ਸੰਗ ਕਟਾ ਤਿੰਨ ਕਰਕੇ। ਉਹਨਾਂ ਕਸਾਈਆਂ ਨੂੰ ਆਪਣੀ ਕਿਰਪਾਨ ਨਾਲ ਮਾਰਨੋਂ ਕਾਇਆ, ਪੁੱਛਦਾ ਤੁਸੀਂ ਕਿੱਥੋਂ ਆਏ, ਕਹਿੰਦੇ ਜੀ ਕਾਮਰੂਪ ਦੇਸ਼ ਤੋਂ। ਕਹਿੰਦਾ ਫਾਹਾ ਤੁਹਾਡਾ ਵੀ ਹੁਣ ਸਿਰੇ ਤੋਂ ਹੀ ਵੱਢਣਾ ਪੈਣਾ, ਆਖੋ ਸਤਨਾਮ। ਦੇਖੋ ਜੀ ਬੰਦੇ ਨੂੰ ਕਿਹੜੇ ਯਾਰ ਤੋਂ ਝਾਇਆ, ਨਾਲ ਇੱਕ ਬਾਦਸ਼ਾਹ ਤੇ ਆਪਾਂ ਕੀ ਇਹਨਾਂ ਲੋਕਾਂ ਅੱਗੇ ਹੈ ਕੁਛ। ਇਸ ਕਰਕੇ ਨਾਮ ਜਪਿਆ ਕਰੋ, ਕੀ ਲੈਣਾ ਰਾਜਨੀਤੀ ਦੀਆਂ ਗੱਲਾਂ ਕਰਕੇ, ਇਸ ਰਾਜਨੀਤੀ ਦੇ ਡੂੰਘੇ ਟੋਏ ਜਿਹੜਾ ਫਸਿਆ ਉਹ ਕਦੇ ਨੀ ਨਿਕਲਿਆ, ਕਈ ਘਰ ਲੈ ਬੈਠਿਆ। ਰਾਜਾ ਮਾਨ ਸਿੰਘ ਇੰਨੇ ਗੁੱਸੇ ਚ ਆਇਆ, ਉਹਨੇ ਸਾਰੇ ਕਸਾਈ ਮਾਰ ਦਿੱਤੇ, ਗਊਆਂ ਦਾ ਹਥਿਆਰਾ ਛੱਡਿਆ ਕੋਈ ਨਾ। ਬਾਜ ਬੂਰੇ ਤਿੰਨ ਪ੍ਰਾਣ ਉਬਾਰੇ ਜੋ ਹੇਰੇ ਸੋ ਖੜਕ ਵਿਦਾਰੇ। ਜਿਹੜੇ ਸਾਹਮਣੇ ਆਏ ਮਾਲਕ ਆਏ, ਜਿਹੜੇ ਜਾਨ ਬਚਾ ਕੇ ਭੱਜ ਗਏ ਸੋ ਭੱਜ ਗਏ। ਮਾਨ ਸਿੰਘ ਬੜੇ ਗੁੱਸੇ ਚ ਹੈ, ਕਹਿੰਦਾ ਅਕਬਰ ਬਾਦਸ਼ਾਹ ਮੈਨੂੰ ਭੇਜਦੇ ਰਿਹਾ ਉਸ ਪਾਸੇ, ਬਾਦਸ਼ਾਹ ਤੋਂ ਮੈਂ ਵੀ ਪਰਮਿਸ਼ਨ ਮੰਗ ਲਾਂ ਕਿ ਹੁਣ ਮੈਂ ਸਫਾਈ ਕਰਕੇ ਆਊਂ ਇਹਨਾਂ ਦੀ। ਉਹ ਭੋਲਿਆ, ਤੈਨੂੰ ਕੀ ਪਤਾ ਹੈ, ਤੇਰੀਆਂ ਜੜਾਂ ਵਿੱਚ ਆਰਾ ਤੇ ਬਾਦਸ਼ਾਹ ਨੇ ਪਹਿਲਾਂ ਹੀ ਰੱਖ ਲਿਆ, ਤੂੰ ਕਿਹੜੀ ਭੁਲੇਖੇ ਚ ਫਿਰਦਾ। ਬੰਦਾ ਜਿੰਨਾ ਮਰਜ਼ੀ ਚਤਰ ਚਲਾਕ ਬਣੇ, ਉਹਦੀ ਚਲਾਕੀ ਫੜਨ ਵਾਲਾ ਕੋਈ ਨਾ ਕੋਈ ਜ਼ਿੰਦਗੀ ਚ ਜ਼ਰੂਰ ਬਣਦਾ, ਜਿੰਨੀ ਮਰਜ਼ੀ ਚਲਾਕੀ ਕਰੀ ਜਾਏ ਕਿਸੇ ਮਰਜ਼ੀ ਨਾਲ। ਹੁਣ ਮਾਨ ਸਿੰਘ ਤੇਜ਼ ਸੀ, ਤਰਾਰ ਸੀ, ਲੋਕੀ ਡਰਦੇ ਸੀ, ਪਰ ਅਕਬਰ ਬਾਦਸ਼ਾਹ ਕਮਜ਼ੋਰੀ ਜਾਣਦਾ ਸੀ। ਇਸ ਪ੍ਰਕਾਰ ਬਹਰੂਰ ਮਚਾਵਤ ਤੁਰਕੇ ਚੁਰਕੇ ਨਿਕਟ ਸਿਧਾਵਤ। ਇਹਦੇ ਗੁੱਸੇ ਚ ਭਰਿਆ ਪਲੀਤਾ ਮਾਨ ਸਿੰਘ ਬਾਦਸ਼ਾਹ ਦੇ ਦਰਬਾਰ ਨਾਲ ਕਿਲੇ ਚਾ ਗਿਆ। ਅਕਬਰ ਵੇਖ ਕੇ ਖੜਾ ਹੋ ਗਿਆ, ਕਹਿੰਦਾ ਜੀ ਜੀ ਆਇਆ ਨੂੰ ਬਾਦਸ਼ਾਹ ਗੁੱਸਾ ਕਿਸ ਗੱਲ ਦਾ ਹੈ। ਕਹਿੰਦਾ ਮੈਂ ਮਾਰ ਮਕਾਉਣੇ ਦੁਸ਼ਟ ਜਿਨ੍ਹਾਂ ਨੇ ਗਊ ਹੱਤਿਆ ਕੀਤੀ, ਫੜਾਈ ਨੇ ਗੋਲੀ ਬੈਠੇ। ਅਕਬਰ ਅੱਗੋਂ ਕਹਿੰਦਾ ਬੜਾ ਮਾੜਾ ਕੰਮ ਆ, ਮੈਨੂੰ ਤੇ ਪਤਾ ਹੀ ਨਹੀਂ ਲੱਗਿਆ ਇਹ ਪਾਪ ਕੌਣ ਕਰਦਾ। ਮਾਰ ਸਿਆ ਜਿਨ੍ਹਾਂ ਨੇ ਪਾਪ ਕੀਤਾ ਉਹਨਾਂ ਦੀਆਂ ਜੜਾਂ ਵੱਟਦੇ ਆ, ਸੋ ਸਤਨਾਮ। ਤੇ ਰਾਜਨੀਤਿਕ ਲੋਕ ਏਦਾਂ ਹੀ ਹੁੰਦੇ ਨੇ, ਧਰਮ ਦੇ ਨਾਂ ਤੇ ਦੰਗੇ ਭੜਕਾਉਂਦੇ ਨੇ, ਤੁਹਾਨੂੰ ਕਹਿਣਗੇ ਗਰੰਟਾਂ ਦੇ ਕੇ ਤੁਹਾਡੇ ਨਾਲ, ਦੂਜੇ ਨੂੰ ਕਹਿਣਗੇ ਚੱਕ ਦੇ ਫੱਟੇ ਤੇਰੇ ਨਾਲ, ਖੜੀ ਚਲੋ ਆਪਸ। ਹੁਣ ਅਕਬਰ ਬਾਦਸ਼ਾਹ ਦੋਨੇ ਪਾਸੇ ਗੇਮ ਖੇਡਣ ਲੱਗਿਆ, ਇੱਕ ਪਾਸੇ ਖਤਮ ਕਰਾਉਣਾ ਚਾਹੁੰਦਾ ਕਾਮਰੂਪ ਦੇਸ਼ ਨੂੰ, ਕਸਾਈ ਵੀ ਆਪ ਭੇਜੇ, ਦੂਜੇ ਪਾਸੇ ਅਫਸੋਸ ਵੀ ਆਪ ਕਰਦਾ। ਮਾਨ ਸਿੰਘ ਰਾਜਾ ਚਲਾਕੀ ਨੂੰ ਸਮਝ ਨਾ ਸਕਿਆ, ਸੁਨੇ ਹੱਤੇ ਕੁਛ ਨਾਹੀ ਨਾ ਕਰਿਓ ਤੋਰੀ ਦਾ ਬਹੁਤ ਦੁੱਖ ਸੋ ਦਹਿਓ। ਇਹਦੇ ਦੁਖੀ ਹੋਇਆ ਮਾਨ ਸਿੰਘ, ਬਹਿ ਗਿਆ ਕੁਰਸੀ ਤੇ, ਸਭਾ ਲੱਗੀ ਹੋਈ ਹੈ, ਹੁਣ ਇੱਥੇ ਚਲਾਕੀ ਹੋ ਰਿਹਾ ਹੈ, ਸਿੱਧਾ ਨਹੀਂ ਕਿਹਾ ਤੂੰ ਜਾ। ਅਕਬਰ ਬਾਦਸ਼ਾਹ ਸਭਾ ਲਾ ਕੇ ਕਹਿੰਦਾ ਭਾਈ ਤੁਸੀਂ ਇੰਨੇ ਸੂਰਬੀਰ ਬਾਦਸ਼ਾਹ ਬੈਠੇ, ਮੈਨੂੰ ਇਹ ਦੱਸੋ
गोपी थोड़े चो कि बादशाह मेरी फौज लैके कामरूप देश जाएगा। हुण बादशाह ने कहा होया कि सारिआं नूं तुसीं मारी रोटी हामी ही भरी जायो, अपनिआं कमजोरियां तुसीं जायो, कि बंदा ती रस्ते च आपां पहले ही भड़काया होया, ओह कहूगा जी मैनू दे दिओ करामात मैं जाऊं। देखो जी तीर कित्थे निशाने ते लगदा जाके बादशाह जी नूं मराउणा चाहुंदा ओह आप अपने जाल विच फसदा जा रहा है। हुण अगे जाके जो कुछ भी होना है, कथा गुरु तेग बहादुर पातशाह जी दे जीवन दे विच दल के बहुत वड्डी कथा है। कोई एवें नहीं भी साखियां सुना के टाइम पास इतिहास ने किया, नहीं गुरमुखो जो नहीं होया वो मेरे सतगुरां ने करना। सतनाम इतना समझ के चलियो कि जो दुनिया से नहीं हो सकता वो गुरु घर कर दे। तो समा समाप्त अज संग्राम का दिन है। पिछला महीना अस्सू दा सी, गुरु साहब की कृपा सदका वो महीना सफला होया, संपूर्ण होया भागा नाल करमा। नवे महीने की शुरुआत हुई है, समा सिर्फ अपने को मिनट दी है। हुण यह महीना कत्तक का, कत्तक के महीने हिंदुस्तान की फिलोसफी के बड़ा माड़ा गिणिया जाता है। हिंदू लोगों के हिसाब पंडितों के हिसाब कहते जी इस महीने बच्चा जम जाए शुभ नहीं होता, इस महीने काम आरंभ करना शुभ नहीं होता, की करते। पर मेरे गुरु नानक पातशाह को पता सी भी शुभ ते अशुभ का रौला पंडतों ने पाया। बाबा नानक ने सोचा चलो जन्म ही फिर कत्तक दे महीने लै लिए। सतनाम हुण दसो जी बाबा नानक शुभ है कि अशुभ है जिहड़ा दुनिया तार गया। कि पंडतों के मूंह से चपेड़ मारी सतगुरां ने कत्तक की पूर्णमाशी को अवतार धारण करके। हुण दसो कि कत्तक दे महीने की कथा आरंभ है, भाई साहब एक एक संगति पढ़नगे, आओ सरवण करिए। सतनाम श्री वाहे गुरु साहिब जी। कत्तक कर्मक मावणे दोसना काहू जोग। गुरु अर्जन दे पातशाह की शब्द की आरंभता करते कहते भाई इस महीने जमना कम करना माड़ा नहीं, कत्तक कर्मक मावणे। कत्तक दे महीने विच सजना जेहो जे कर्म करेगा कमावणे तो पाप जो करेगा। कत्तक कर्म कमावणे दोष ना काहू जो। सतगुर कहिंदे जे पाप करेगा ते फल दा पाप भुगतेगा, पाप दा फल भुगतेगा। पुन कमाएगा पुन खटेगा, यह थोड़ा भी जे तू चंगे काम कत्तक दे महीने करदा ते रिजल्ट तेनू माड़ा निकलना। इसे पंडितों के कोल डर के जाण का तरीका सी कि कत्तक का महीना कर गया, पंडित जी हुण की करिए। कहिंदे भाई साल बाद आउणा है, तू पुन दान कर साडे कोल आके इन्नी माया दे जा, तेरे ते भार चढ़ गया है, तेरे ते जिपता आ गई है, इनू असीं टाल दांगे। किदां टलेगी बाबा जी? कहिंदा कोई गल नहीं, परची लै जा 11,000 दी ते समान लै आ। सतनाम मैं तेरे ग्रह टाल दे। सतगुरु कहिंदे ऐसा कुछ नहीं, कत्तक कर्म कमावणे दोष ना काहू जोग। सजणा जेहो जे कर्म कत्तक दे महीने च कमाएगा उही फल मिलेगा, किसे नूं दोष ना देवी। परमेश्वर ते पुल्लियां व्यापन सभी रोग। जेड़े परमात्मा परमेश्वर वाहिगुरु भुल चुके ने, परमेश्वर ते भुलिया व्यापन सभी रोग। रोग बीमारियां दुख तसीहे किन्हां नूं लगदे जिन्हां नूं रब भुल जांदा है। सतगुर कहिंदे गुरु अर्जन देव पातशाह जिस मनुख नूं रब याद नहीं, जो परमात्मा तों डरदा नहीं, जिहड़ा भै नहीं रखदा, वो अज भी दुखी, उहदा आउण वाला कल भी ते काल भी सदा दुखी होवेगा। परमेश्वर ते भुलिया व्यापन सभे रोग। व्यापक जो अर्थ है लग जाते ने, कहते सारे रोग सारिया बीमारियां नास्तक मनुख नूं लगदियां ने जिन्हें कदे नाम नहीं जपिया। वेमुख होए राम ते लगन जन्म वियोग। जेड़े लोग इस महीने भी ते सदा राम परमात्मा तो बेमुख हो गए। बेमुख जिहड़ा मुख नहीं लगिया, जिहड़ा गुरु के द्वारे ते नहीं आया, जिन्हें सतगुरु नूं मत्था नहीं टेकिया, गुरु की सुनी नहीं, बेमुख होए राम ते लगन जन्म वियोग। वियोग दा अर्थ हुंदा विछोड़ा। सतगुर कहिंदे जिन्हें मनुखा जन्म दे विच परमात्मा दा राम चेते नहीं कीता, रब दा भय नहीं रखिया, रब दे प्यारियां दी सेवा नहीं कीती, भई उहनां लोकां नूं जन्मा जन्मा दे विछोड़े लग जाते। वो चाह के भी कदे अपने मन नूं मिल नहीं सकते, एक ते बार बार जमना ते मरना ये विछोड़ा।
ਇਹਨਾਂ ਜਨਮਾਂ ਦੇ ਵਿੱਚ ਬੰਦਾ ਪਹਿਲਾਂ ਆਪਣੇ ਮਨ ਨੂੰ ਨਹੀਂ ਪਛਾਣ ਸਕਦਾ ਤੇ ਰੱਬ ਕਿੱਥੋਂ ਪਛਾਣੇ। ਗੁਰੂ ਜੀ ਕਹਿੰਦੇ ਇਹ ਵਿਛੋੜੇ ਇਹਨੂੰ ਮਾਰ ਲੈਣਗੇ। ਖਿਨ ਮੈਂ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ। ਭਲਿਆ ਜੇ ਵੀ ਪਰਮਾਤਮਾ ਨੂੰ ਜਪ ਲੈ ਖਿਨਾਂ ਦੇ ਵਿੱਚ ਕੌੜੇ ਹੋ ਜਾਣਗੇ ਬੇਰੁਖੇ। ਕੌੜੇ ਦਾ ਬੇਰੁਖੇ, ਖਿਨ ਮਹਿ ਕੌੜੇ ਹੋਏ ਗਏ ਚਿੱਤੜੇ ਮਾਇਆ ਭੋਗ। ਆ ਜਿੰਨੇ ਮਾਇਆ ਦੇ ਭੋਗ ਪਦਾਰਥ ਨੇ ਪੁੱਤਰ ਧੀਆਂ ਪਰਿਵਾਰ ਰਿਸ਼ਤੇਦਾਰ, ਜਦੋਂ ਅੰਤ ਵੇਲਾ ਤੇਰੇ ਕੋਲ ਆ ਗਿਆ ਤੈਨੂੰ ਡਾਕਟਰ ਵੀ ਜਦੋਂ ਬਚਾ ਨਹੀਂ ਸਕਦੇ ਉਦੋਂ ਇਹੀ ਕਹਿਣਗੇ ਜੀ ਭਾਣਾ ਹੀ ਮੰਨਣਾ ਪੈਣਾ, ਕਰਦੇ ਕੁਝ ਨਹੀਂ ਸਕਦੇ। ਸਤਿਗੁਰ ਕਹਿੰਦੇ ਬਿਪਤਾ ਪਈ ਤੇ ਤੈਨੂੰ ਜਿਉਂਦੇ ਜੀ ਵੀ ਛੱਡ ਜਾਣਗੇ, ਪਲਾਂ ਦੇ ਵਿੱਚ ਇਹ ਕੌੜੇ ਹੋ ਕੇ ਬਗਾਨੇ ਹੋ ਕੇ ਖੜ ਜਾਣਗੇ ਜਿਹਨਾਂ ਪਿੱਛੇ ਤੂੰ ਤੁਰਿਆ ਫਿਰਦਾ। ਇਹਨਾਂ ਦੇ ਵਿੱਚ ਤੇਰਾ ਕੋਈ ਆਪਣਾ ਨਹੀਂ, ਵਿੱਚ ਨਾ ਕੋਈ ਕਰ ਸਕੈ ਕਿਸ ਤੈ ਰੋਵੈ ਰੋਜ। ਜਿੰਨਾ ਮਰਜ਼ੀ ਕਿਸੇ ਕੋਲ ਜਾ ਕੇ ਆਪਣਾ ਦੁੱਖ ਰੋਈ ਜਾਈ, ਵਿੱਚ ਨਾ ਕੋਈ ਕਰ ਸਕੈ। ਤੈਨੂੰ ਭਵ ਸਾਗਰ ਤੋਂ ਕੋਈ ਪਾਰ ਨਹੀਂ ਕਰ ਸਕਦਾ, ਦੁਨੀਆਂ ਤੇਰੇ ਦੁੱਖਾਂ ਨੂੰ ਸੁਣ ਕੇ ਤੇਰਾ ਮਖੌਲ ਉਡਾਰੀ। ਲੋਕੀ ਪਹਿਲਾਂ ਦੁੱਖ ਬੜੇ ਪਿਆਰ ਨਾਲ ਸੁਣਦੇ ਨੇ, ਫਿਰ ਹੱਸ ਹੱਸ ਕੇ ਦੱਸਦੇ ਨੇ ਮਖੌਲ ਕਰਕੇ, ਉਹ ਫਲਾਣਾ ਆਇਆ ਸੀ ਉਹ ਵੀ ਕਰਮਾਂ ਨੂੰ ਰੋਂਦਾ ਫਿਰਦਾ। ਮਰਜ਼ ਕਹਿੰਦੇ ਕੋਈ ਦੇਣਾ ਨਹੀਂ, ਜੇ ਤੂੰ ਰੱਬ ਦਾ ਨਾ ਬਣਿਆ ਤੇ ਤੇਰਾ ਇਹਨਾਂ ਚ ਕੋਈ ਨਹੀਂ, ਵਿੱਚ ਨਾ ਕੋਈ। ਜਿਨ੍ਹਾਂ ਵਿੱਚ ਤੂੰ ਰਹਿ ਰਿਹਾ ਕਦੇ ਸੋਚ ਕੇ ਵੇਖੋ, ਧੀ ਪੁੱਤ ਭੈਣ ਭਰਾ ਮਾਤਾ ਪਿਤਾ ਤੇਰਾ ਕੋਈ ਆਪਣਾ ਹੈ? ਤੇ ਉਦੋਂ ਤੱਕ ਤੇਰੇ ਨੇ ਜਦੋਂ ਤੱਕ ਤੇਰੇ ਹੱਥ ਪੈਰ ਚੱਲਦੇ, ਹੱਥ ਪੈਰ ਚੱਲਦੇ ਜਦੋਂ ਤੱਕ ਤੇਰੇ ਕੋਲ ਮਾਇਆ ਧਨ ਦੌਲਤ ਹੈ ਉਦੋਂ ਤੱਕ ਹੀ ਸੇਵਾ। ਪਲਾਂ ਦੇ ਵਿੱਚ ਇਹ ਕੌੜੇ ਹੋ ਜਾਣਗੇ, ਫਿੱਕ ਪਾ ਜਾਣਗੇ, ਰਿਸ਼ਤੇ ਨਾਤੇ ਤੋੜ ਦੇਣਗੇ। ਕੀਤਾ ਕਿਉਂ ਨਾ ਹੋਵਈ ਲਿਖਿਆ ਤੁਰ ਸੰਜੋਗ। ਦਿਖਾਵੇ ਦੀ ਹਮਦਰਦੀ ਤੇਰੇ ਨਾਲ ਜਿੰਨੀ ਮਰਜ਼ੀ ਕਰੀ ਜਾਣ, ਕੀਤਾ ਕਿਛੂ ਨਾ ਹੋਵੇ। ਹੋਣਾ ਉਹੀ ਜੋ ਪਰਮਾਤਮਾ ਨੇ ਕਰਨਾ, ਇਹਨਾਂ ਦੇ ਕੀਤਿਆਂ ਕੁਝ ਨਹੀਂ ਹੋਣਾ। ਕਿੱਥੇ ਰੋਵੈ ਰੋਜ਼? ਗੁਰੂ ਜੀ ਕਹਿੰਦੇ ਕਿਹਨਾਂ ਕੋਲ ਰੋਂਦਾ ਫਿਰਦਾ ਆਪਣੇ ਦੁੱਖ, ਵੀ ਮੈਂ ਦੁਖੀ ਆ, ਮੇਰਾ ਕੁਝ ਕਰ, ਮੈਂ ਪਰੇਸ਼ਾਨ। ਕਹਿੰਦੇ ਆਪਣੇ ਗੁਰੂ ਕੋਲ ਆ ਕੇ ਰੋ। ਜੋ ਦਰਗਾਹ ਦਾ ਵਾਦੀ ਹੈ, ਜਿਹੜਾ ਤੇਰੇ ਦੁੱਖਾਂ ਨੂੰ ਸੁੱਖਾਂ ਚ ਕਨਵਰਟ ਕਰ ਦਿੰਦਾ ਹੈ, ਤੇਰੇ ਦੁੱਖਾਂ ਨੂੰ ਵੰਡਾਉਂਦਾ ਹੈ, ਤੇਰਾ ਸਾਥ ਦਿੰਦਾ ਹੈ, ਉਹ ਜਿਹਨਾਂ ਨੂੰ ਤੂੰ ਆਪਣੇ ਦੁੱਖ ਦੱਸਦਾ ਹੈ, ਮਰਦ ਕੇ ਲਈ ਇਹਨਾਂ ਚ ਕੋਈ ਤੇਰਾ ਦੁੱਖ ਵੰਡਾਉਣ ਵਾਲਾ ਨਹੀਂ, ਸਭ ਤੇਰੇ ਤੇ ਹੱਸਣ ਵਾਲੇ ਨੇ। ਵੜ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰ ਹੈ ਸਭ ਬਿਯੋਗ। ਅਰਜਨ ਦੇ ਪਾਤਸ਼ਾਹ ਕਹਿੰਦੇ ਮੈਂ ਦੁਨੀਆਂ ਨੂੰ ਪਰਖ ਕੇ ਛੱਡ ਦਿੱਤਾ, ਵੜ ਭਾਗੀ ਮੇਰਾ ਪ੍ਰਭ ਮਿਲੈ। ਜਦੋਂ ਮੇਰਾ ਵੱਡਿਆ ਭਾਗਾਂ ਨਾਲ ਪ੍ਰਭੂ ਪਰਮੇਸ਼ਰ ਸਤਿਗੁਰ ਮਿਲ ਗਿਆ, ਉਤਰੇ ਸਭ ਬਿਯੋਗ। ਕਹਿੰਦੇ ਜਨਮਾਂ ਜਨਮਾਂ ਦੇ ਵਿਛੋੜੇ ਖਤਮ ਹੋ ਗਏ, ਹੁਣ ਫਿਕਰੇ ਕੋਈ ਨੀ। ਜਦੋਂ ਅੰਮ੍ਰਿਤ ਛਕੀ ਗੁਰੂ ਵਾਲੇ ਹੋ ਗਏ ਨਾ, ਜਮਾਨੇ ਦੀ ਕੋਈ ਪਰਵਾਹ ਨੀ। ਰੱਬਾ ਕੋਈ ਜਨਮ ਮਿਲੇ ਨਾ ਮਿਲੇ ਮੈਨੂੰ ਹੁਣ ਡਰ ਕਿਸੇ ਦਾ ਨੀ। ਆਖੋ ਸਤਨਾਮ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਪਰਮਾਤਮਾ ਕਹਿੰਦਾ ਤੂੰ ਮੇਰਾ ਬਣ ਕੇ ਵੇਖ, ਜਮਾਨਾ ਤੇਰਾ ਹੋ ਜੂ, ਤੇਰੇ ਪਿੱਛੇ ਪਿੱਛੇ ਤੁਰਿਆ ਫਿਰਿਆ। ਜਿਸ ਇਨਸਾਨ ਨੇ ਆਪ ਧਰਮ ਕਮਾਇਆ, ਆਪਣੇ ਬੱਚਿਆਂ ਨੂੰ ਧਰਮ ਦੀ ਲਾਈਨ ਤੇ ਲਾ ਦਿੱਤਾ ਨਾ, ਬੁਢਾਪੇ ਵਿੱਚ ਕਦੇ ਉਹ ਮਨੁੱਖ ਠੋਕਰਾਂ ਨਹੀਂ ਖਾਂਦਾ। ਜਿਸ ਮਨੁੱਖ ਨੇ ਆਸਤਕ ਬਿਰਤੀ ਰੱਖੀ ਉਹ ਕਦੇ ਦੁਖੀ ਨਹੀਂ। ਜਿਹਨੇ ਆਪ ਨਾਸਤਕ ਗੁਣਾ ਰੱਖਿਆ ਤੇ ਬੱਚਿਆਂ ਨੂੰ ਨਾਸਤਕ ਬਣਾਇਆ, ਉਹ ਬੁਢਾਪੇ ਚ ਸੁੱਖਾਂ ਦੀ ਆਸ ਭੁੱਲ ਜੇ। ਗੁਰੂ ਸਾਹਿਬ ਕਹਿ ਰਹੇ, ਕਹਿੰਦੇ ਕਿਸ ਥੈ ਰੋਵੈ ਰੋਜ਼, ਕਿਹਦੇ ਕਿਹਦੇ ਕੋਲ ਰੋਜ਼ ਜਾ ਜਾ ਕੇ ਰੋਵੇਗਾ। ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ। ਹੈ ਮੇਰੇ ਸਾਹਿਬ ਮਾਲਕ ਬੰਦੀ ਮੋਚ, ਬੰਧਨਾਂ ਨੂੰ ਕੱਟਣ ਵਾਲਿਆ ਨਾਨਕ ਕੋ ਪ੍ਰਭ ਰਾਖ ਲੈ। ਹੈ ਮੇਰੇ ਸਾਹਿਬਾ ਮੈਨੂੰ ਤੂੰ ਰੱਖ ਲਾ, ਮੈਨੂੰ ਹੁਣ ਜਮਾਨਾ ਨਹੀਂ ਰੱਖਦਾ, ਮੈਨੂੰ ਮੇਰੇ ਆਪਣੇ ਨਹੀਂ ਰੱਖਦੇ। ਆਪਣਾ ਤੇ ਹੈ ਕੋਈ, ਕਿਤੇ ਇੱਕ ਭੁਲੇਖੇ ਦਾ ਸ਼ਬਦ ਹੈ ਆਪਣਾ। ਬਾਣੀ ਪੜ੍ਹ ਕੇ ਵੇਖੋ ਸਤਿਗੁਰਾਂ ਦੀ ਮਰਜ਼, ਕਿਤੇ ਕਿੰਨੇ ਕੁ ਤੇਰੇ ਆਪਣੇ ਨੇ। ਸੁਖ ਮਯਾਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਘੇਰੇ, ਬਿਪਤ ਪਰੀ ਸਭ ਹੀ ਸੰਗ ਛਾਡਤ ਹੋ ਦਇਆਵਤ। ਉੱਠਣ ਵਾਲੇ ਬੈਠਣ ਵਾਲੇ ਖੁਸ਼ੀਆਂ ਚ ਘੁੰਮਣ ਵਾਲੇ ਨੱਚਣ ਵਾਲੇ, ਜਦੋਂ ਦੁੱਖ ਆ ਗਿਆ ਕਿਸੇ ਨੇ ਤੈਨੂੰ ਪਾਣੀ ਦਾ ਗਲਾਸ ਨਹੀਂ ਪੁੱਛਣਾ, ਕਿਸੇ ਨੇ ਤੇਰੀ ਬਾਤ ਨਹੀਂ ਪੁੱਛਣੀ, ਬਸ ਇੱਕ ਸਾਹਿਬ ਦਾ ਪੱਲਾ ਫੜ ਲੈ ਜਿਹੜਾ ਬੰਧਨਾਂ ਨੂੰ ਮੋਚ ਕੱਟਣ ਵਾਲਾ ਹੈ। ਦੁਨੀਆਂ ਤੇ ਬੰਧਨ ਪਾਉਣ ਵਾਲੀ ਹੈ, ਜਮਾਨਾ ਤੇ ਦੁੱਖ ਦੇਣ ਵਾਲਾ ਹੈ, ਇੱਕੋ ਦੁੱਖਾਂ ਨੂੰ ਸੰਘਾਰਨ ਵਾਲਾ ਹੈ। ਸਤਿਕ ਹੋਵੇ ਸਾਧ ਸੰਗ ਕਹਿੰਦੇ ਕੱਤਕ ਦਾ ਮਹੀਨਾ ਉਹਨਾਂ ਦੇ ਵਾਸਤੇ ਸੁਖਦਾਈ ਹੁੰਦਾ ਭਾਈ,
जिन्हां दियां अंदरों माड़ियां सोचां कटियां गईआं बिनसे है सबे सोच तू अपनी सोच छड़ दे वी मेरा कोई है आई सोच मार दी ना मेरा फलाना मैं ओहदे बारे सोचा मेरा धी मेरी पुत मेरा पति मेरा भरा मैं अपने बारे सोचा जिन्ना मर्जी सोची जाई सजना जिंदगी दे दुख तेनूं कल्ले हंडाउणे पैणे ने तेनूं कल्लिआं झलणे पैणे ने तेनूं दलासा भी किसे दा काम नहीं उदों आउणा एक परमात्मा दा नाम जप लै जिहड़ा तेरियां सोचां कट्टण वाला बिन सह सबे सोच जे उस वाहिगुरु प्रभु नूं जपेगा ते तेरी सोच बाणी अंदरों कट्टी जाणी है चंगी सोच होएगी कद तक कर्म कमावणे दोष ना काबू जोग चंगी सोच वाला ते किसे नूं ब्लेम नहीं करदा किसे नूं कसूर बार नहीं ठहराउंदा किसे ते अपना इल्जाम एनिमेशन नहीं लाउंदा एको गल कहिंदा जो परमात्मा नूं पाउंदा इह फल मेरे कर्मां दा है जो मैं किया सो मैं पाया दोष न दीजे अमर जना कदक दे महीने विच मर जे कहिंदे कत्तक होवै साध संग बिन सह सबे सोच प्यारे इस महीने विच सतसंग करिया कर चंगे कर्म कर तेरा इह महीना भी सफला हो जाएगा बंदगी करके नाम जप के जो समा समाप्त है कदक दे महीने दी अरब दा सतगुरां दी कृपा सदका होई है ये महीना सुखदाई सफला सारे वास्ते चढ़दी कला वाला होए पिछला महीना गुरु साहिब दी कृपा सदका बड़ा सोहना बतीत होया है कल का दिन सोटी सुल्तान पिता धन गुरु रामदास पातशाह जी का प्रकाश पर्व है पूरे विश्व दुनिया च मनाया जा रहे हैं असां संगतां ने भी एकत्र होके मनाउणा है मैं अज सारियां संगतां नूं बेनती संग्राम का दिन है बीबी अमरजीत कौर जी ते सब समूह परिवार वल्लों आप संगतां वास्ते चाह दी बरकत पौड़ियां दा लंगर हाजर है सारियां संगतां नूं बेनती छके बगैर कोई जाए ना कोईआं भुल्लां दी खिमागी नानक को प्रभ राख ले मेरे साहिब बंदी मोच कत्तक होवे साध संग बिन सह सभी सोच वाहिगुरु जी का खालसा वाहिगुरु जी की फतेह सगल द्वार छड़ के लियो तुहारो द्वार वाहिगुरु जी की लाज गोविंद दास द्वार वाहिगुरु जी का खालसा वाहिगुरु जी की फतेह।